ਤੇ ਆਪਦੇ ਮਾਂ ਪਿਓ ਨੂੰ ਰੋਟੀ ਨੀ ਦਿੰਦੇ। ਸ਼ਰਮ ਆਉਂਦੀ, ਲੋਕੀ ਕੁਆਰੀਆਂ ਕੁੜੀਆਂ ਇੱਥੇ ਲਿਆਉਂਦੇ ਨੇ। ਇਹ ਬਿਆਸ ਵਾਲੇ ਦਾ ਡੇਰਾ ਪਖੰਡੀ ਦਾ, ਜਿਹੜਾ ਮੁੱਛਾਂ ਇਹਨੇ ਸਾਰਾ ਹੀ ਮੱਲਿਆ ਆਲਾ ਦੁਆਲਾ, ਐ ਪੂਰਾ ਮੰਨ ਲਓ ਕੰਮ ਕੀਤਾ ਆ। ਹਾਂਜੀ ਦੋਸਤੋ, ਵੈਲਕਮ ਬੈਕ, ਕੀ ਹਾਲ ਚਾਲ। ਦੋਸਤੋ, ਇੱਕ ਵੀਡੀਓ ਮੈਂ ਤੁਹਾਨੂੰ ਦਿਖਾਊਂਗਾ। ਮੈਂ ਇਹ ਵੀਡੀਓ ਬਣਾਉਣੀ ਨਹੀਂ ਸੀ, ਬਟ ਇਸ ਵੀਡੀਓ 'ਤੇ 1 ਮਿਲੀਅਨ ਵਿਊਜ਼ ਆ, ਅਤੇ ਮੈਨੂੰ ਕਈਆਂ ਨੇ ਕਿਹਾ ਵੀ ਸੀ। ਤਾਂ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇਹ ਵੀਡੀਓ ਦੇਖੋ। ਆ ਬਿਆਸ ਵਾਲੇ ਦਾ ਡੇਰਾ ਹੈ ਤੇ 20 ਕਿਲੋਮੀਟਰ ਤੱਕ ਹੈ, ਮਗਰ ਸਾਨੂੰ ਥੋੜਾ ਖਿਆਲ ਭੁੱਲ ਗਿਆ ਕਿ ਅਸੀਂ ਲਾਈ ਪਹਿਲਾਂ ਕਰਨਾ ਹੀ, ਪਹਿਲਾਂ ਹੀ ਕੀਤਾ ਨਹੀਂ। ਤੇ ਆ ਵੇਖੋ ਲਾਈਵ ਤਸਵੀਰਾਂ ਤੁਹਾਨੂੰ ਵਿਖਾਉਣੇ ਆ, ਇੱਧਰ ਵੇਖੋ। ਇਹ 20 ਕਿਲੋਮੀਟਰ ਤੱਕ ਪਖੰਡੀ ਦਾ ਇਹ ਬਿਆਸ ਵਾਲੇ ਦਾ ਡੇਰਾ ਹੈ, 20 ਕਿਲੋਮੀਟਰ ਤੱਕ ਇਹ ਬਿਆਸ ਵੱਜਦਾ। ਤੇ ਬਿਆਸ ਵਾਲੇ ਦਾ ਡੇਰਾ, ਇਹ ਬਿਆਸ ਵਾਲੇ ਦਾ ਡੇਰਾ ਪਖੰਡੀ ਦਾ, ਜਿਹੜਾ ਮੁੱਛਾਂ ਦੇ ਵੀ ਥੱਲੇ ਉਹ ਖੱਤ ਕੱਢ ਕੇ ਰੱਖਦਾ ਹੈ। ਵੇਖੀ ਚਲੋ, ਫਿਰ ਗੱਲਾਂ ਬਾਤਾਂ ਕਰਾਂਗੇ, ਫਿਰ ਗੱਲਾਂ ਬਾਤਾਂ ਕਰਾਂਗੇ ਹੋਰ। ਆਹ ਵੇਖੋ ਇਹ ਪਖੰਡੀ ਦਾ ਜਿਹੜਾ ਡੇਰਾ, ਸ਼ਰਮ ਆਉਣੀ ਚਾਹੀਦੀ। ਲੋਕੀ ਆਪਦੀਆਂ ਇੱਥੇ ਮਤਲਬ ਜਵਾਕ ਕੁਆਰੇ ਹੀ ਜਵਾਕ ਲੈ ਕੇ ਆਉਂਦੇ ਨੇ, ਸਰਕਾਰਾਂ ਇੱਥੇ ਮੱਥਾ ਟੇਕ ਕੇ ਘਸਾਉਂਦੀਆਂ ਜਾਂਦੀਆਂ। ਤੇ ਆਹ ਵੇਖੋ ਬਿਆਸ ਵਾਲੇ ਦਾ ਡੇਰਾ ਜਿਹਾ। ਤਾਂ ਦੋਸਤੋ ਇਹ ਬੰਦਾ ਬੱਚਿਆਂ ਲਈ ਹਰਕਤਾਂ ਕਰ ਰਿਹਾ, ਜਵਾਕਾਂ ਵਾਂਗ ਡੇਰੇ ਦੇ ਕੋਲ 'ਚ ਨਿਕਲਦੇ ਨਿਕਲਦੇ ਗੱਡੀ ਵਿੱਚ ਬੈਠੇ ਬੈਠੇ, ਜਿਵੇਂ ਜਵਾਕ ਨਹੀਂ ਕਰਦੇ ਹੁੰਦੇ, ਕਿਸੇ ਦੇ ਕੋਲ 'ਚ ਨਿਕਲਦੇ ਨਿਕਲਦੇ ਉਹਨੂੰ ਛੇੜ ਜਾਓ ਜਾਂ ਉਹਨੂੰ ਗਾਲਾਂ ਕੱਢ ਜਾਓ, ਇਹ ਇਹਨੇ ਉਹ ਵਾਲੀ ਹਰਕਤ ਕੀਤੀ। ਇੱਥੋਂ ਇਸ ਗੱਲ ਦਾ ਪਤਾ ਲੱਗਦਾ ਕਿ ਲੈਕ ਆਫ ਮੈਚੋਰਿਟੀ। ਆਹ ਬਿਆਸ ਵਾਲੇ ਦਾ ਡੇਰਾ, ਇਹਨੇ ਸਾਰਾ ਹੀ ਮੱਲਿਆ ਆਲਾ ਦੁਆਲਾ, ਐਂ ਪੂਰਾ ਮੰਨ ਲਓ ਕੰਮ ਕੀਤਾ ਆ ਜੰਗੀ ਪੱਧਰ 'ਤੇ। ਆਹ ਵੇਖੋ ਇਹ ਕੀ ਲਿਖਿਆ ਹੈ, ਰਾਧਾ ਸਮਾਮੀ, ਰਾਧਾ ਸਮਾਮੀ, ਰਾਧਾ ਸਮਾਮੀ, ਰਾਧਾ ਸਮਾਮੀ, ਨਾਲੇ ਪਾਮੀ ਪਾਮੀ ਖਾਵੇ। ਤੇ ਇਧਰ ਕੋਲ ਦਰਿਆ ਮੱਲਿਆ ਆ ਧੱਕੇ ਨਾਲ ਹੀ, ਯਾ ਕੰਮ ਤਾਂ ਸਾਰਾ ਆਏ ਕੰਮ ਸਰਕਾਰ ਨੇ ਮਿਲਾਇਆ। ਤੇ ਆਪਦੇ ਮਾਂ ਪਿਓ ਨੂੰ ਰੋਟੀ ਨੀ ਦਿੰਦੇ, ਹੈਂ ਤੇ ਦਿੰਦੇ ਆ। ਮਾਂ ਪਿਓ ਨੂੰ ਪੁੱਛਦੇ ਨੀ, ਇੱਥੇ ਆਣ ਕੇ ਝਾੜੂ ਲਾਉਂਦੀਆਂ ਨੇ, ਇੱਥੇ ਆਣ ਕੇ ਝਾੜੂ ਲਾਉਂਦੀਆਂ, ਪਖੰਡ ਕਰਦੇ ਨੇ, ਛੱਟੇ ਮਾਰਦੀਆਂ, ਹੈਂ ਛੱਟੇ ਮਾਰਦੀਆਂ ਇੱਥੇ ਆਣ ਕੇ। ਹਾਂ ਕਾਹਦੇ, ਕਾਹਦੇ ਛੱਟੇ ਮਾਰੀ ਦੇ, ਆਪੇ ਸਮਝ ਜਾਣਗੇ। ਹਾਂ ਕੀ ਇਹਨੇ ਆਹੀ ਸਿੱਖਿਆ ਕਿ ਬਿਨਾਂ ਕਿਸੇ ਬਾਰੇ ਜਾਣੇ ਉਹਨਾਂ ਨੂੰ ਉਲਟਾ ਸਿੱਧਾ ਬੋਲਣਾ, ਇਹ ਉਹਦੀ ਅਕਲ ਦੇ ਉੱਤੇ ਡਿਪੈਂਡ ਕਰਦਾ। ਜੇ ਇਸ ਬੰਦੇ ਨੇ ਕੁਝ ਬੋਲਣਾ ਹੀ ਆ ਜਾਂ ਕੋਈ ਕਮੀ ਪੇਸ਼ੀ ਕੱਢਣੀ ਆ ਜਾਂ ਤਾਰੀਫ ਕਰਨੀ ਆ, ਤਾਂ ਇਹਨੂੰ ਚਾਹੀਦਾ ਪਹਿਲਾਂ ਇਨਕੁਆਇਰੀ ਕਰੇ ਚੰਗੀ ਤਰ੍ਹਾਂ। ਅਤੇ ਇਨਕੁਆਇਰੀ ਕਿਵੇਂ ਹੋਊਗੀ, ਪਹਿਲਾਂ ਜਾ ਕੇ ਸਤਸੰਗ ਸੁਣੇ ਜਾਂ ਜੋ ਉੱਥੇ ਟੀਚਿੰਗਸ ਜੋ ਸਿਖਾਇਆ ਜਾਂਦਾ ਵਾ ਪਹਿਲਾਂ ਜਾ ਕੇ ਉਹ ਦੇਖੇ, ਫਿਰ ਜਿੰਨਾ ਮਰਜ਼ੀ ਬੋਲੇ। ਸਿਰਫ ਸੋਸ਼ਲ ਮੀਡੀਆ 'ਤੇ ਦੇਖ ਕੇ ਆਪਣੇ ਵਰਗਿਆਂ ਦੀਆਂ ਵੀਡੀਓਜ਼ ਹੇਟਰਸ ਦੀਆਂ 'ਤੇ ਲੋਕ ਸ਼ੁਰੂ ਹੋ ਜਾਂਦੇ ਨੇ, ਜਿਵੇਂ ਤੁਸੀਂ ਦੇਖ ਰਹੇ ਹੋ। ਮੈਂ ਉਹਨੂੰ ਕੋਈ ਉੱਥੇ ਜਾ ਕੇ ਮੱਥੇ ਟੇਕਣ ਨੂੰ ਨਹੀਂ ਕਹਿ ਰਿਹਾ, ਵੈਸੇ ਵੀ ਉੱਥੇ ਡੇਰਾ ਬਿਆਸ ਵਿੱਚ ਕੋਈ ਮੱਥੇ ਟੇਕਣ ਦੀ ਪਲੇਸ ਨਹੀਂ ਹੈਗੀ, ਮੱਥਾ ਸਰੀਰ ਦੇ ਅੰਦਰ ਟੇਕਣਾ ਜਾ ਕੇ। ਅਸਲੀ ਜੋ ਧਰਮ ਸਥਾਨ ਆ ਉਹ ਸਰੀਰ ਦੇ ਅੰਦਰ ਆ, ਜੋ ਉਹਨਾਂ ਦਾ ਉਪਦੇਸ਼ ਆ ਜੋ ਉੱਥੇ ਸਿਖਾਇਆ ਜਾਂਦਾ ਵਾ ਉਹ ਮੈਂ ਇਹਨੂੰ ਕੰਨਾਂ 'ਚ ਪਾਉਣ ਨੂੰ ਕਹਿ ਰਿਹਾ। ਫਿਰ ਜੋ ਮਰਜ਼ੀ ਬੋਲੇ, ਆਪਾਂ ਜਦ ਵੀ ਜਾਂਦੇ ਹਾਂ ਡੇਰਾ ਬਿਆਸ, ਸਾਨੂੰ ਉੱਥੇ ਨਿਹੰਗ ਸਿੰਘ ਅਤੇ ਅੰਮ੍ਰਿਤਧਾਰੀ ਸਿੱਖ ਵੀ ਸਾਨੂੰ ਦਿਖਾਈ ਦਿੰਦੇ ਆ। ਸ਼ਰਮ ਆਉਂਦੀ, ਲੋਕੀ ਕੁਆਰੀਆਂ ਕੁੜੀਆਂ ਇੱਥੇ ਲਿਆਉਂਦੇ ਨੇ। ਮੈਂ ਤੇ ਗੱਲ ਨੂੰ ਬਹੁਤ ਨਿੰਦਣਾ, ਤੂੰ ਮੈਂ ਤਾਂ ਆਪ ਨਿੰਦਦਾ, ਮੈਂ ਕਿਹੜਾ ਚੰਗਾ ਨਾ ਗੁਰੂ ਨੂੰ ਛੱਡ ਕੇ ਲੋਕ ਇੱਧਰ ਵਿਖੜੇ ਬਣੇ ਲੱਗੇ, ਜਿੰਨੇ ਮਹਾਰਾਜ ਨੇ ਕੁੜੀਆਂ ਪੈਦਾ ਕੀਤਾ, ਪੰਜਾਬ ਸਾਇਆ ਦਸਤਾਨ ਸਾਰੇ ਸਾਇਆ, ਆ ਗੁਰੂ ਦੀ ਨਗਰੀ ਹੈ। ਸ਼ਰਮ ਆਉਣੀ ਚਾਹੀਦੀ ਇਹਨਾਂ ਕੁੜੀ ਚਵਲਾਂ ਲੋਕਾਂ ਨੂੰ, ਇਹ ਜਿਹੜੇ ਕਹਿੰਦੇ ਸਾਡਾ ਬਾਪੂ ਬਿਆਸ ਵਾਲਾ, ਆਪੇ ਹੀ ਬਿਆਸ ਵਾਲਾ ਬਾਪੂ ਹੈ ਜਦੋਂ ਮਧੁਗਰ ਹੈ, ਤੂੰ ਵੀ ਬਾਬਾ ਹੀ ਹੈ, ਤੂੰ ਵੀ ਬਿਆਸ ਵਾਲਾ ਹੀ ਹੈ। ਆ ਵੀ ਬਿਆਸ ਵਾਲਾ ਸਿੰਘ ਆ ਗੁਰੂ, ਨਹੀਂ ਨਹੀਂ ਉਂਝ ਬਿਆਸ ਵਾਲਾ ਬਣ ਕੇ ਤੇਰੇ ਕੋਲ ਵੀ ਆ ਜਾਣ, ਹੈ ਨਹੀਂ ਆਪਾਂ ਤੇ ਗੱਲ ਨਹੀਂ ਆਉਂਦੀ ਆਪਣੇ ਕੋਲ ਆ ਜਾਣ ਚਾਹ ਪੇ, ਜਿਹੜਾ ਖੇਕ ਮਿੱਟੀ ਖਾਂਦਾ ਇੱਧਰ ਵੇਖਾ ਕੀ ਬਣਿਆ ਪਿਆ। ਸ਼ਰਮ ਆਉਣੀ ਚਾਹੀਦੀ ਬਾਪੂ, ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ, ਸ਼ਰਮ ਆਉਣੀ ਤੇ ਗੁਰੂ ਛੱਡ ਕੇ ਆਪਦਾ। ਤੇ ਹੁਣ ਜੋ ਗੱਲਾਂ ਇਹਨੇ ਕਹੀਆਂ ਨੇ ਉਸ ਗੱਲ ਦਾ ਜਵਾਬ, ਮੈਨੂੰ ਕੁਛ ਬਹੁਤਾ ਕਹਿਣ ਦੀ ਜ਼ਰੂਰਤ ਨਹੀਂ। ਇਹ ਕਹਿੰਦਾ ਸਿੱਖ ਧਰਮ ਤੇ ਜੋ ਸਿੱਖ ਧਰਮ ਦੇ ਆਗੂ ਬੰਦੇ ਨੇ, ਜਥੇਦਾਰ ਤੇ ਕਿਸੇ ਕਮੇਟੀ ਦੇ ਹੈੱਡ ਵੀ ਨੇ, ਇਹ ਖੁਦ ਉਹਨਾਂ ਤੋਂ ਸੁਣ ਲਵੇ, ਇਹਨਾਂ ਨੇ ਵੀ ਅੰਮ੍ਰਿਤ ਛਕਿਆ, ਇਹ ਵੀ ਨਿਹੰਗ ਨੇ, ਤੇ ਇਹ ਇਹਨਾਂ ਸਾਹਮਣੇ ਕੀ ਬਈ। ਤੇ ਵੀਡੀਓ ਪੂਰੀ ਦੇਖਿਓ, ਹੋਰ ਵੀ ਬੰਦੇ ਇਹਨੂੰ ਜਵਾਬ ਦੇਣਗੇ ਤੇ ਇਸ ਬੰਦੇ ਨੂੰ ਸ਼ਰਮ ਆ ਜਾਊਗੀ ਆਪਣੇ ਆਪ ਤੇ। ਵੇਖੋ ਇਹ ਕਈਆਂ ਦਾ ਕੰਮ ਹੁੰਦਾ ਰੌਲਾ ਪਾਉਣਾ, ਕਈਆਂ ਦਾ ਕੰਮ ਹੁੰਦਾ ਵਰਕ ਕਰਨਾ। ਮੈਂ ਵਰਕ ਕੀਤਾ, ਮੇਰੇ ਕੋਲ ਕਈ ਬੰਦੇ ਜਿਹੜੇ ਸੀ ਕਾਗਜ਼ਾਤ ਲੈ ਕੇ, ਉਹਨਾਂ ਦੇ ਬਜ਼ੁਰਗ ਸਾਂਝੇ ਮਸਤਰਕੇ ਖਾਤੇ 'ਚੋਂ ਜ਼ਮੀਨਾਂ ਵੇਚ ਗਏ ਜਦੋਂ ਸਾਂਝੀਆਂ ਤਕਸੀਮਾਂ ਨਹੀਂ ਸੀ ਹੋਈਆਂ। ਹੁਣ ਦੂਸਰਾ ਜਿਹੜਾ ਪਰਿਵਾਰ ਵੇਚ ਗਿਆ, ਪੈਸੇ ਤਾਂ ਉਹ ਲੈ ਗਿਆ ਡੇਰੇ ਕੋਲੋਂ,
दूजे रौला पा रहे ने हुण कई जगह इहोजियां गल्लां वी सामने आईयां ने। तुसीं इस मसले ते डेरे नूं क्लीन चिट दिंदे हो? नहीं, मैं इस मसले ते जरूर, जे किसे दा हक हैगा मेरे कोल लियाओ कागज। नहीं देखो, मैं एक गल कहनी चाहुंदा वां, संत जरनैल सिंह खालसा भिंडरां वालियां दा हैडक्वार्टर मेहता चौंक सीगा जी। मैनूं तुसीं हिस्टरी कढ के दे दिओ कि संत जरनैल सिंह मेहता चौंक तों कोल दी जिहड़ियां गड्डियां ते ट्रक भर के डेरे ब्यास नूं लोकां दे जांदे सीगे। खाड़कूवाद दा वी दौर रिहा, किसे खाड़कू सिंह ने जां संत भिंडरां वालियां ने डेरा ब्यास दी जांदी गड्डी नूं हथ दे के रोकिया? किसे नूं उहदे ते तशद्दद कीता? किसे नूं? संत जरनैल सिंह खालसा भिंडरां वालियां नालों वड्डे तां असीं सिख नहीं ना, उह उहनां नूं असीं अपना वधिया रोल माडल मानदे हां। उह महान सिख होए 20वीं सदी दे, उहनां ने संत जरनैल सिंह ने खालसा भिंडरां वालियां ने उहनां दा राह नहीं रोकिया जदों कि 4 फरलांगां ते सीगे। और डेरा ब्यास मुखी ने खुद आप आखिया सीगा जदों अमृतसर मत्था टेकण गए आ, पत्रकारां वीरां ने सवाल कीता कि तुसीं गुरु कहाउंदे हो, कहिंदे नहीं मैं गुरु नहीं हां, मैं एक संस्था दा मुखी हां, गुरु गुरु ग्रंथ साहिब ने ते सब ते वड्डा सतगुरु नानक जिन कल राखी मेरी। तां ही उहनां ने अपने जिहड़े उहनां दे बच्चे आ उहनां दे आनंद कारज वी गुरु ग्रंथ साहिब दी हजूरी च कीते आ, उहनां ने अपने पोतरियां दे जन्मदिन मनाए आ ते तां वी गुरु ग्रंथ साहिब दी हजूरी च, ते साडे जिहड़े पंथ दे प्रसिद्ध कीर्तनीए आ ਉਹ ਉਹਨਾਂ ਗੁਰਮਤਿ ਸਮਾਗਮਾਂ ਤੇ ਜਾ ਕੇ ਕੀਰਤਨ ਕਰਕੇ ਆਏ ਆ। ਔਰ 3.5 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਸਾਰੇ ਆਨੰਦ ਕਾਰਜਾਂ ਦਾ ਸੰਗਤ ਦੇ ਵਿੱਚ ਬੈਠ ਕੇ, ਕੋਈ ਵੱਖਰਾ ਆਸਣ ਨਹੀਂ ਸੀ ਲੱਗਾ, ਕੋਈ ਗੱਦੀ ਨਹੀਂ ਸੀ ਲੱਗੀ, ਇੱਕ ਸਿੱਖ ਸ਼ਰਧਾਲੂ ਦੀ ਤਰ੍ਹਾਂ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਹੁਣ ਵੀ ਇੱਕ ਵੀਡੀਓ ਵਾਇਰਲ ਹੋਈ ਆ ਦਾਦੂ ਸਾਹਿਬ ਮੱਥਾ ਟੇਕਣ ਦੀ, ਉਹਨਾਂ ਦੀ ਤੁਸੀਂ ਦੇਖੋ ਕਿੰਨੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦੇ ਘਰ ਦੇ ਵਿੱਚ ਸਰੂਪ, ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਉਹਨਾਂ ਕਈ ਗੱਲਾਂ ਹੁੰਦੀਆਂ, ਕਈ ਬੰਦੇ ਬੋਲ ਕੇ ਕੰਮ ਕਰਦੇ ਆ, ਕਈ ਪਿੱਚ ਦੇ ਵਿੱਚ ਖੇਡਦੇ, ਕਈ ਫੀਡਬੈਕ ਦੇ ਕੰਮ ਕਰਦੇ ਆ, ਉਹਨਾਂ ਦਾ ਆਪਣਾ ਉਹ ਕਦੇ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਵੀ ਉਹ ਕਦੇ ਬਿਆਨਬਾਜ਼ੀ 'ਚੋਂ ਪਏ ਨਹੀਂ, ਉਹਨਾਂ ਦਾ ਆਪਣਾ ਸਟ੍ਰੈਟਜੀ ਉਹਨਾਂ ਦੀ ਚੱਲਦੀ ਆ। ਤਾਂ ਉਹ ਵੱਡੀ ਪੱਧਰ 'ਤੇ ਉਹਨਾਂ ਦੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲਬਾਤ ਹੁੰਦੀ, ਹੋਮ ਮਿਨਿਸਟਰ ਨਾਲ ਵੀ ਹੁੰਦੀ ਆ, ਉਹਨਾਂ ਦੀ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਅਤੇ ਉਹ ਮੈਨੂੰ ਦੱਸ ਰਹੇ ਸੀਗੇ ਕਿ ਅਸੀਂ ਬਹੁਤ ਚਿੰਤਤ ਹਾਂ ਅਤੇ ਅਸੀਂ ਆਪਣੇ ਤੌਰ 'ਤੇ ਚਾਹੁੰਦੇ ਵੀ ਇਸ ਮਸਲੇ ਦਾ ਹੱਲ ਨਿਕਲੇ। ਬਹੁਤ ਗੱਲਾਂ ਐਸੀਆਂ ਹੁੰਦੀਆਂ ਨੇ, ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਬੰਦੀ ਸਿੰਘ ਰਿਹਾਈ ਮੋਰਚਾ ਚੱਲ ਰਿਹਾ, ਗੁਰਬਖਸ਼ ਸਿੰਘ ਹੁਣੀ ਅੰਬ ਸਾਹਿਬ ਬੈਠੇ ਸੀ ਜੀ ਜੀ, ਉਹਨਾਂ ਦਿਨਾਂ 'ਚ ਮੇਰਾ ਮਿਲਾਪ ਹੋਇਆ। ਮੈਂ ਕਿਹਾ ਜੀ ਦੇਖੋ, ਪੰਜਾਬ ਦੇ ਵਿੱਚ ਉਸ ਵੇਲੇ ਹਾਲਾਤ ਐਸੇ ਸੀ, ਅੱਜ ਜਿਹੜੇ ਉਦੋਂ ਦੇ ਮੁੰਡੇ ਬੈਠੇ ਆ ਜੇਲ੍ਹਾਂ ਦੇ ਵਿੱਚ, ਜਵਾਨੀਆਂ ਨਿਕਲ ਗਈਆਂ ਉਹਨਾਂ ਦੀਆਂ, ਅੱਜ ਹਾਲਾਤ ਕੀ ਆ ਪੰਜਾਬ ਦੇ, ਅਤੇ ਉਹਨਾਂ ਦੀ ਰਿਹਾਈ ਹੋ ਜਾਏ ਤਾਂ ਕੀ ਮਾੜੀ ਗੱਲ ਆ? ਮੈਂ ਕਿਹਾ ਤੁਸੀਂ ਵੀ ਲਿਖੋ ਸਰਕਾਰ ਨੂੰ, ਤਾਂ ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ, ਦੇਖੋ ਵੀ ਇਹ ਅੱਜ ਮਾਹੌਲ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿ ਤੁਸੀਂ ਇਹਨਾਂ ਨੂੰ ਰਿਹਾ ਕਰ ਦਿਓ, ਇਹ ਆਪਣੇ ਘਰਾਂ 'ਚ ਰਹਿੰਦੀ ਜ਼ਿੰਦਗੀ ਬਤੀਤ ਕਰਨਗੇ। ਤਾਂ ਉਹਨਾਂ ਨੇ ਵੀ ਚਿੱਠੀ ਲਿਖੀ ਸੀ, ਦੇਖੋ ਇਹ ਹੁਣ ਪਿਛਲੇ ਫੀਡ ਮਤਲਬ ਬੈਕ 'ਤੇ ਰਹਿ ਕੇ ਕੰਮ ਕਰਨ ਵਾਲੀ ਗੱਲ, ਉਹਨਾਂ ਦੀ ਆਪਣੀ ਸਟ੍ਰੈਟਜੀ ਆ ਜੀ। ਹਰ ਗੱਲ ਕਈ ਬੰਦੇ ਕੇਵਲ ਬਿਆਨਬਾਜ਼ੀ ਤੱਕ ਸੀਮਤ ਹੁੰਦੇ, ਕਈ ਗੱਲ ਕੰਮ ਵੀ ਕਰਦੇ ਆ, ਦੱਸਦੇ ਵੀ ਆ। ਤਾਂ ਸਾਡੀ ਡਿਊਟੀ ਜਿੱਦਾਂ ਅਸੀਂ ਲੋਕਾਂ 'ਚ ਵਿਚਰਦੇ ਹਾਂ, ਤਾਂ ਸਾਡੀ ਡਿਊਟੀ ਇਸ ਤਰ੍ਹਾਂ ਦੀ ਆ, ਅਸੀਂ ਹਰ ਥਾਂ 'ਤੇ ਜਾਂਦੇ ਹਾਂ, ਅਸੀਂ ਬੋਲ ਕੇ ਵੀ ਦੱਸਦੇ, ਮੀਡੀਆ 'ਚ ਵੀ ਜਾਂਦੇ, ਕੰਮ ਵੀ ਕਰਦੇ ਹਾਂ ਜੀ। ਪਰ ਉਹਨਾਂ ਦੀ ਸਟ੍ਰੈਟਜੀ ਆਪਣੀ ਤਰੀਕਾ, ਆਪੋ ਆਪਣਾ ਕੰਮ ਕਰਦੇ, ਤਰੀਕੇ ਨਾਲ ਉਹ ਕੰਮ ਕਰਦੇ, ਉਹ ਵੀ ਜਿਹੜਾ ਚਾਹੁੰਦੇ ਆ ਕਿ ਇਹਦਾ ਹੱਲ ਹੋਵੇ, ਕੋਈ ਨੁਕਸਾਨ ਮਨੁੱਖਤਾ ਦਾ ਜਿਹੜਾ ਉਹ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਗਨਦੀਪ ਸਿੰਘ, ਮੈਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਸਾਡੇ ਜੋ ਬੈਕ ਸਾਈਡ 'ਤੇ ਤੁਸੀਂ ਦੇਖ ਰਹੇ ਹਾਂ ਵਿਆਸਾ ਵਾਲਿਆਂ ਦਾ ਜੋ ਹਸਪਤਾਲ, ਰਾਧਾ ਸਵਾਮੀ ਵਾਲਿਆਂ ਦਾ, ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਵਿੱਚ ਕੋਈ ਗੋਲਕ ਰੱਖੀ ਆ ਜਾਂ ਉਹਨਾਂ ਨੂੰ ਕੋਈ ਮਾਇਆ ਕਿੰਨੀ ਕੁ ਚੜ੍ਹਦੀ ਆ, ਪਰ ਜਿਹੜੀ ਇਹਨਾਂ ਦੀ ਸੇਵਾ ਉਹ ਸੇਵਾ ਬਾ ਕਮਾਲ ਆ। ਅਤੇ ਜੇ ਕਿਤੇ ਇਹ ਸੇਵਾ ਸਾਡੇ ਸਿੱਖ ਧਰਮ ਦੇ ਵਿੱਚ ਵੀ ਹੋਵੇ ਤਾਂ ਅਸੀਂ ਵੀ ਉਹਦੇ 'ਤੇ ਮਾਣ ਜਿਹੜਾ ਮਹਿਸੂਸ ਕਰ ਸਕੀਏ ਵੀ ਵਾਕਿਆ ਸਾਡੇ ਸਿੱਖ ਧਰਮ ਦੇ ਵਿੱਚ ਵੀ ਸੇਵਾ ਹੈ। ਆ ਸਾਡੇ ਨਾਲ ਸਤਿਕਾਰਯੋਗ ਸਾਡੇ ਵੀਰ ਜੀ ਨੇ, ਇਹਨਾਂ ਪਾਸੋਂ ਵੀ ਕੁਝ ਬੋਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਮੇਰਾ ਖਰਚਾ ਕੋਈ, ਗੁਰਪ੍ਰੀਤ ਕੌਰ ਮੇਰੀ ਵਾਈਫ ਦਾ ਨਾਮ ਆ, ਉਹਨਾਂ ਦਾ ਜੂਲਾ ਟੁੱਟਾ ਹੋਇਆ ਸੀਗਾ, ਕੋਈ 3.5-4 ਲੱਖ ਦਾ ਖਰਚਾ ਸੀਗਾ, ਜੋ ਕਿ ਬਿਆਸ ਹੋਸਪਿਟਲ ਨੇ ਫ੍ਰੀ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਆ। ਅੱਜ ਵੀ ਮੈਂ ਬਿਆਸ ਹੋਸਪਿਟਲ ਤੋਂ ਬੋਲ ਰਿਹਾ ਵਾਂ। ਸਾਡੇ ਸਿੱਖ ਪੰਥ ਦੇ ਆਗੂਆਂ ਨੂੰ ਚਾਹੀਦਾ ਵਾ ਵੀ ਇਸ ਤਰ੍ਹਾਂ ਕੋਈ ਉਪਰਾਲਾ ਕਰਨ ਵੀ ਸਾਡੇ ਸਿੱਖ ਧਰਮ ਦੇ ਲੋਕ ਜਿਹੜੇ ਆ ਆਪਦੇ ਧਰਮ 'ਤੇ ਮਾਣ ਮਹਿਸੂਸ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਤਾ ਜੀ ਸੀ, ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਆ, ਜੇ ਹਾਰਟ ਦੀ ਪ੍ਰੋਬਲਮ ਦਾ ਅੱਜ ਇਲਾਜ ਕਰਾਉਣਾ ਹੋਵੇ ਤਾਂ ਤਕਰੀਬਨ ਕੋਈ 4-5 ਲੱਖ ਰੁਪਈਏ ਦਾ ਇਲਾਜ ਆ, ਅਤੇ ਜੋ ਕਿ ਅਸੀਂ ਕਦੇ ਵੀ ਨਹੀਂ ਕਰਵਾ ਸਕਦੇ, ਪਰ ਇੱਥੋਂ ਸਾਰਾ ਕੁਝ ਫ੍ਰੀ ਹੋ ਰਿਹਾ ਜੀ। ਅਤੇ ਸਾਡੇ ਗੋਲਕਾਂ ਦੇ ਜਿਹੜੇ ਕਬਜ਼ੇ ਮਾਰ ਕੇ ਬੈਠੇ ਗੋਲਕਾਂ 'ਤੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੁਝ ਵੀ ਅਸੀਂ ਕੀ ਕਰ ਰਹੇ ਹਾਂ। ਜਿਹੜੇ ਬਾਬੇ ਨਾਨਕ ਦਾ ਸਿਧਾਂਤ ਸੀ, ਗੁਰੂ ਦਾ ਗੋਲਕ ਅਤੇ ਗਰੀਬ ਦਾ ਮੂੰਹ, ਉਹ ਤਾਂ ਸਭ 'ਤੇ ਪਾਣੀ ਫੇਰਿਆ ਹੋਇਆ ਇਹਨਾਂ ਲੋਕਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਲੰਗਰ ਤਿਆਰ ਹੋ ਕੇ ਆਉਂਦਾ ਹੈ ਐਚਡੀਐਮ ਸਾਹਿਬ ਦੇ ਹੁਕਮ ਅਨੁਸਾਰ ਡੇਰਾ ਬਿਆਸ ਵਾਲਿਆਂ ਦੇ ਲੰਗਰ ਚੋਂ ਆ ਰਿਹਾ ਹੈ। ਜੋ ਡੇਰਾ ਬਿਆਸ ਦੇ ਸਾਰੇ ਪ੍ਰੇਮੀ ਸੇਵਾ 'ਚ ਲੱਗੇ ਹੋਏ ਨੇ ਉਹ ਸਾਨੂੰ ਸਭ ਤੋਂ ਪਹਿਲਾਂ ਇੱਥੇ ਬਾਬਾ ਨਿਹੰਗ ਸਿੰਘ ਹਰਚੰਦ ਸਿੰਘ ਨੂੰ ਪਹਿਲਾਂ ਦੇ ਕੇ ਜਾਂਦੇ ਨੇ ਰਾਸ਼ਨ ਅਤੇ ਅਸੀਂ ਗਾਹਾਂ ਯੋਗੀ ਪੀਰ ਦੇ ਸਾਰੇ ਵਾਰਡ ਵਿੱਚ ਘਰ ਘਰ ਜਾ ਕੇ ਇਹ ਦੋ ਦੋ ਹੈਗੇ ਜਿੰਨੇ ਆਉਂਦੇ ਨੇ ਵਰਤਾ ਕੇ ਆਉਂਦੇ ਹਾਂ ਸਾਰਿਆਂ ਨੂੰ। ਅਸੀਂ ਬਿਆਸ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਮਹਾਰਾਜ ਚਰਨ ਸਿੰਘ ਜੀ ਮਹਾਰਾਜ ਨਾਲ 1983 'ਚ ਜੁੜੇ ਹੋਏ ਹਾਂ ਸੱਚੇ ਪਾਤਸ਼ਾਹ। ਅਸੀਂ ਤਾਂ ਦਵਾਈ ਦੇ ਤਰ੍ਹਾਂ ਹੀ ਇਸ ਨੂੰ ਵਰਤਦੇ ਹਾਂ। ਇਹ ਕਰੋਨਾ ਵਾਇਰਸ ਨੂੰ ਰੋਕਣ ਵਾਸਤੇ ਅਸੀਂ ਤਾਂ ਇਸ ਨੂੰ ਦਵਾਈ ਦੇ ਰੂਪ 'ਚ ਵਰਤਦੇ ਹਾਂ। ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪ੍ਰਸ਼ਾਦੇ 'ਚੋਂ ਕਣਕਾਂ ਕਣਕਾਂ ਜ਼ਰੂਰ ਛਕਣਾ ਚਾਹੀਦਾ ਹੈ ਅਤੇ ਸਾਨੂੰ ਇਸ ਰੋਗ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਇਹ ਮਹਾਂਪੁਰਖਾਂ ਦੀ ਕਮਾਈ ਹੈ, ਸਭ ਕੁਛ ਨਾਮ ਸ਼ਬਦ ਵਿੱਚ ਹੀ ਹੈ। ਜੋ ਨਾਮ ਸ਼ਬਦ ਦੀ ਕਮਾਈ ਕਰਦਾ ਹੈ ਉਹ ਪਾਰ ਬ੍ਰਹਮ ਹੁੰਦਾ ਹੈ। ਇਹ ਮਹਾਰਾਜ ਚਰਨ ਸਿੰਘ ਦੀ ਦੇਣ ਹੈ। ਉਹਨਾਂ ਨੇ ਸਾਨੂੰ 1983 ਵਿੱਚ ਬਹੁਤ ਪਿਆਰ ਸਤਿਕਾਰ ਨਾਲ ਸਾਨੂੰ ਮਾਣ ਸਤਿਕਾਰ ਦਿੱਤਾ ਸੀ। ਹੁਣ ਉਹੀ 41 ਸਾਲ ਬਾਅਦ ਸਾਨੂੰ ਇੱਥੇ ਆ ਕੇ ਇਹ ਸਾਰਾ ਕੁਛ ਆਪ ਅੱਖੀਓਂ ਦਿਖਾਤਾ। ਅਸੀਂ ਤਾਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹ ਦਿਨ ਦੁੱਗਣੀ ਰਾਤ ਚੌਗਣੀ। ਵਾਹਿਗੁਰੂ ਜੀ ਕਾ ਖਾਲਸਾ। ਜਦ ਇੰਨੇ ਬਜ਼ੁਰਗ ਬੰਦੇ ਅਤੇ ਕਮੇਟੀ ਦੇ ਹੈੱਡ ਬੰਦੇ ਇੰਨਾ ਚੰਗਾ ਬੋਲ ਰਹੇ ਆ ਡੇਰੇ ਬਿਆਸ ਨੂੰ, ਬਲਜੀਤ ਸਿੰਘ ਦੱਦੂਵਾਲ ਜੀ ਅਤੇ ਇਹ ਨਿਹੰਗ ਵੀਰ ਤੁਸੀਂ ਦੇਖ ਹੀ ਲਏ ਆ ਜੋ ਖੁਦ ਇੰਨੀ ਤਾਰੀਫ ਕਰ ਰਹੇ ਆ, ਹੁਣ ਆ ਇਹਨਾਂ ਨੂੰ ਕੀ ਕਹੂਗਾ? ਅਤੇ ਦੁਨੀਆਂ ਵਿੱਚ ਕੋਈ ਇਹੋ ਜਿਹਾ ਇਨਸਾਨ ਹੋਇਆ ਜਿਹਨੂੰ ਕਿਸੇ ਨੇ ਮਾੜਾ ਨਾ ਬੋਲਿਆ ਹੋਵੇ? ਹੁਣ ਜਿਵੇਂ ਫੋਰ ਐਗਜ਼ਾਮਪਲ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ, ਵੱਡੇ ਵੱਡੇ ਐਕਟਰਸ ਜਾਂ ਕੋਈ ਹੋਰ ਮਹਾਨ ਹਸਤੀ, ਹਰੇਕ ਦੇ ਹੇਟਰਸ ਹੋਏ ਨੇ। ਜਿੱਥੇ 80% ਬੰਦੇ ਚੰਗਾ ਬੋਲਦੇ ਆ ਤਾਂ 20% ਇੱਦਾਂ ਦੇ ਹੇਟਰਸ ਵੀ ਹੈਗੇ ਨੇ। ਬਾਕੀ ਇਹਨਾਂ ਦੇ ਮੂੰਹੋਂ ਤੁਸੀਂ ਖੁਦ ਜਵਾਬ ਸੁਣ ਲਿਆ ਵਾ, ਮੈਨੂੰ ਕੁਝ ਬਹੁਤਾ ਕਹਿਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਟੇਕ ਕੇਅਰ, ਬਾਏ ਬਾਏ।